ਸੱਚਿਕਾ ਦੋਸਤੋ 3 ਦਸੰਬਰ ਦੀ ਸ਼ਾਮ ਨੂੰ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਜਿਹੜਾ ਹੈਲਥ ਬਲੈਟਿਨ ਜਾਰੀ ਕੀਤਾ ਗਿਆ ਕੋਵਿਡ ਬਾਰੇ ਉਸ ਅਨੁਸਾਰ ਪਿਛਲੇ 24 ਘੰਟਿਆਂ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ 63 ਨਵੇਂ ਪੋਜ਼ਿਟਿਵ ਕੇਸ ਆਏ ਜਿਨ੍ਹਾਂ ਦੇ 34 ਸਿੰਟਮੈਟਿਕ ਅਤੇ 29 ਲੋਕ ਉਹ ਪੋਜ਼ਿਟਿਵ ਹੋਏ ਜਿਹੜੇ ਪੁਰਾਣੇ ਪੋਜ਼ਿਟਿਵ ਦੇ ਕੰਟੈਕਟ ਦੇ ਵਿੱਚ ਆਏ ਸਨ ਪਿਛਲੇ 24 ਘੰਟਿਆਂ ਦੇ ਵਿੱਚ 51 ਬੰਦੇ ਸਿਹਤਮੰਦ ਹੋ ਕੇ ਆਪਣੇ ਘਰਾਂ ਨੂੰ ਵਾਪਸ ਪਰਤੇ ਅਤੇ ਪਿਛਲੇ 24 ਘੰਟਿਆਂ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ 3 ਦਸੰਬਰ ਦੀ ਸ਼ਾਮ ਤੱਕ ਦੀ ਟੋਟਲ ਫਿਗਰਾਂ ਦੀ ਗੱਲ ਕਰੀਏ ਟੋਟਲ ਪੋਜ਼ਿਟਿਵ ਹੋਏ 13280 ਸਿਹਤਮੰਦ ਹੋ ਕੇ ਘਰਾਂ ਨੂੰ ਵਾਪਸ ਪਰਤੇ 12061 ਐਕਟਿਵ ਪੋਜ਼ਿਟਿਵ ਕੇਸ 710 ਅਤੇ 509 ਲੋਕ ਆਪਣੀ ਜਾਨ ਗੁਆ ਬੈਠੇ ਹਨ ਹਰਜਿੰਦਰ ਸਿੰਘ ਉਮਰ 22 ਸਾਲ ਵੇਰਕਾ ਦੇ ਰਹਿਣ ਵਾਲੇ ਕੋਵਿਡ ਇੱਥੋਂ ਇਹਨਾਂ ਦੀ ਮੌਤ ਹੋ ਗਈ ਪਲਵਿੰਦਰ ਸਿੰਘ ਉਮਰ 40 ਸਾਲ ਸੁਬਾਸ਼ ਕਲੋਨੀ ਦੇ ਰਹਿਣ ਵਾਲੇ ਕੋਵਿਡ ਥੋਂ ਇਹਨਾਂ ਦੀ ਵੀ ਮੌਤ ਹੋ ਗਈ। ਓਮਪ੍ਰਕਾਸ਼ ਉਮਰ 45 ਸਾਲ ਸੁੰਦਰ ਨਗਰ ਬਟਾਲਾ ਰੋਡ ਦੇ ਰਹਿਣ ਵਾਲੇ ਕੋਵਿਡ ਥੋਂ ਇਹਨਾਂ ਦੀ ਵੀ ਮੌਤ ਹੋ ਗਈ। ਦੋਸਤੋ ਲੋੜ ਆਪਣੇ ਆਪ ਨੂੰ ਆਪ ਹੀ ਸਵਾਲ ਕਰੀਏ ਵੀ ਅਸੀਂ ਕਿੰਨੀ ਜ਼ਿੰਮੇਵਾਰੀ ਦੇ ਨਾਲ ਮਾਸਕ ਪਾ ਰਹੇ ਹਾਂ ਕਿੰਨੀ ਕਿ ਜ਼ਿੰਮੇਵਾਰੀ ਦੇ ਨਾਲ ਸੋਸ਼ਲ ਡਿਸਟੈਂਸ ਦਾ ਧਿਆਨ ਰੱਖ ਰਹੇ ਹਾਂ। ਨਾਈਟ ਕਰਸੂ ਸ਼ੁਰੂ ਹੋ ਚੁੱਕਾ ਹੈ ਮੈਂ ਬਾਰ ਬਾਰ ਕਹਿੰਨਾ ਵੀ ਗਾਈਡਲਾਈਨ ਜਦੋਂ ਵੀ ਆਉਂਦੀਆਂ ਹਨ ਸਾਡੀ ਸਿਹਤ ਦੀ ਸੰਬੰਧ ਸਵਾਲੀ ਆਉਂਦੀਆਂ ਹਨ ਇਹ ਸਾਡੇ ਲਈ ਕੋਈ ਮਜਬੂਰੀ ਨਹੀਂ ਸਾਡਾ ਫਰਜ਼ ਹੋਣਾ ਚਾਹੀਦਾ ਹੈ ਸਰਕਾਰਾਂ ਚਿੰਤਿਤ ਹਨ ਸਿਹਤ ਵਿਭਾਗ ਚਿੰਤਿਤ ਹੈ ਇਸ ਲਈ ਬਾਰ ਬਾਰ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਹਨ ਤਾਂ ਜੋ ਇਸ ਮਹਾਮਾਰੀ ਨਾਲ ਜੰਗ ਲੜ ਸਕੀ ਅਤੇ ਜਲਦੀ ਤੋਂ ਜਲਦੀ ਇਸ ਤੇ ਜਿੱਤ ਪ੍ਰਾਪਤ ਕਰ ਸਕੀਏ ਦੋਸਤੋ ਆਪਣੀ ਜ਼ਿੰਮੇਵਾਰੀਆਂ ਨੂੰ ਵਖੂਬੀ ਨਿਭਾਓ ਆਪਣੀ ਸਿਹਤ ਦਾ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖੋ ਤਾਂ ਜੋ ਸਮੁੱਚਾ ਸਮਾਜ ਜਲਦੀ ਤੋਂ ਜਲਦੀ ਸਿਹਤਮੰਦ ਹੋਵੇ ਇੱਕ ਵਾਰ ਫੇਰ ਲਾਈਫ ਪੁਰਾਣੀ ਜਿਹੜੀ ਕਿ ਜਨਵਰੀ ਫਰਵਰੀ ਦੇ ਵਿੱਚ ਅਸੀਂ ਵੇਖੀ 2020 ਦੇ ਵਿੱਚ ਉਹ ਲਾਈਫ ਇੱਕ ਵਾਰ ਫੇਰ ਸਾਡੀ ਜ਼ਿੰਦਗੀ ਚ ਆ ਸਮਾਏ ਅਸੀਂ ਆਪਣੀ ਜ਼ਿੰਦਗੀ ਨੂੰ ਸੋਹਣੇ ਢੰਗ ਦੇ ਨਾਲ ਬੇਫਿਕਰੀ ਦੇ ਨਾਲ ਜੀ ਸਕੀਏ ਪਰ ਇਹ ਤਾਂ ਹੀ ਮੁਮਕਿਨ ਹੈ ਜੇਕਰ ਅਸੀਂ ਗਾਈਡਲਾਈਨ ਦੀ ਸਖਤੀ ਨਾਲ ਪਾਲਣਾ ਕਰਾਂਗੇ ਫਾਸਟ ਨਿਊਜ਼ ਲਈ ਕੈਮਰਾਮੈਨ ਰਾਕੇਸ਼ ਤੇ ਨਾਲ ਨੀਤਾ ਸਿੰਘ